सतपाल खेरा जी ने अज बादल साहब दे परिवार दी इक फोटो ट्वीट करके अपने राजनीतिक दिवालियापन का सबूत दिता। मैं सतपाल खेरा नूं सवाल करना चाहुंदा कि किसे दे बच्चियां दी परिवारक फोटो नूं ट्वीट करके तुसीं साबित की करना चाहुंदे ਤੇ ਉਹਦੇ ਜਿਹੜੇ ਸਵਾਲ ਕੀਤੇ ਗਏ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲਈ ਕੀਤਾ ਕੀ ਹੈ ਤਾਂ ਖਹਿਰਾ ਸਾਹਿਬ ਪੰਜਾਬ ਦੇ ਲਈ ਅਗਰ ਕਿਸੇ ਨੇ ਕੁਝ ਕੀਤਾ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕੀਤਾ ਚਾਹੇ ਉਹ ਕਿਸਾਨਾਂ ਦਾ ਨਹਿਰੀ ਮਾਮਲਾ ਮਾਫ਼ ਕਰਨਾ ਹੋਵੇ ਚਾਹੇ ਉਹਨਾਂ ਦੇ ਟਿਊਬਲਾਂ ਦੇ ਬਿੱਲ ਮਾਫ਼ ਕਰਨੇ ਹੋਣ ਚਾਹੇ ਟਰੈਕਟਰ ਨੂੰ ਕਿਸਾਨ ਦਾ ਗੱਡਾ ਕਹਿ ਕੇ ਉਹਦੀ ਰਜਿਸਟ੍ਰੇਸ਼ਨ ਮਾਫ਼ ਕਰਨਾ ਹੋਵੇ ਚਾਹੇ ਪਿੰਡਾਂ ਢਾਣੀਆਂ ਤੱਕ ਲਿੰਕ ਰੋਡਾਂ ਟਰਾਂਸਫਾਰਮ ਸੜਕਾਂ ਪਹੁੰਚਾਉਣੀਆਂ ਹੋਣ ਚਾਹੇ ਪੰਜਾਬ ਦੇ ਵਿੱਚ ਐਡਾ ਚੌ ਮਾਰਗੀ ਸੜਕਾਂ ਦਾ ਜਾਲ ਵਿਛਾਉਣਾ ਹੋਵੇ ਪੰਜਾਬ ਦੇ ਵਿੱਚ ਜਿੰਨੀਆਂ ਪ੍ਰਾਈਵੇਟ ਕੰਪਨੀਆਂ ਨੇ ਆ ਕੇ ਸਾਡੇ ਯੂਥ ਨੂੰ ਇੰਪਲੋਇਮੈਂਟ ਦਿੱਤੀ ਉਹ ਸਾਰੀਆਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਲੈ ਕੇ ਆਏ ਜਿਨ੍ਹਾਂ ਚ ਆਈਸ਼ਰ ਨਾਈਪਰ ਨੈਰੋਲੈਕ ਇਹ ਸਾਰਾ ਕੁਝ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਸੋਚ ਹੈ ਪੰਜਾਬ ਦੇ ਵਿੱਚ 24 ਘੰਟੇ ਬਿਜਲੀ ਸਰਪਲਸ ਸੂਬਾ ਇਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਦੇਣ ਹੈ ਇਤਿਹਾਸਿਕ ਯਾਦਗਾਰਾਂ ਚੱਪੜ ਚਿੜੀ ਵਿਰਾਸਤ ਏ ਖਾਲਸਾ ਇਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਸਮੇਂ ਦੇ ਵਿੱਚ ਬਣਿਆ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਖੂਬਸੂਰਤ ਗਲਿਆਰਾ ਇਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਵਿਜ਼ਨ ਤੇ ਤੁਸੀਂ ਪੰਜਾਬ ਦੇ ਲਈ ਕੀ ਕੀਤਾ ਤੁਸੀਂ ਤਾਂ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਕਦੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਕਿਤੇ ਇਧਰੋਂ ਟਿਕਟ ਕਿਤੇ ਉਧਰੋਂ ਟਿਕਟ ਤੇ ਫੇਰ ਦੁਬਾਰਾ ਕਾਂਗਰਸ ਦੇ ਵਿੱਚ ਇਹ ਉਹੀ ਕਾਂਗਰਸ ਹੈ ਖਹਿਰਾ ਸਾਹਿਬ ਜਿਹਨੇ 84 ਦੀ ਨਸਲਕੁਸ਼ੀ ਕੀਤੀ ਇਹ ਉਹੀ ਕਾਂਗਰਸ ਹੈ ਜਿਹਨੇ ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਤੇ ਤੁਸੀਂ ਖੁਦ ਮੁਖਤਿਆਰੀ ਲੱਭਦੇ ਲੱਭਦੇ ਦੁਬਾਰਾ ਗਾਂਧੀ ਪਰਿਵਾਰ ਦੇ ਚਰਨਾਂ ਦੇ ਵਿੱਚ ਆ ਬੈਠੇ ਹੋ ਤੇ ਅੱਜ ਪੰਜਾਬ ਦੀ ਮੁਖਤਿਆਰੀ ਵੀ ਤੁਹਾਡੇ ਕੋਲ ਨਹੀਂ ਤੁਸੀਂ ਗੱਲਾਂ ਕੀ ਕਰਦੇ ਹੋ ਸੋ ਮੇਰੀ ਅੱਜ ਇੱਕ ਬੇਨਤੀ ਹੈ ਕਿ ਪੰਜਾਬੀਅਤ ਨੂੰ ਘੱਟੋ ਘੱਟ ਆਪਣੇ ਅੰਦਰ ਜ਼ਿੰਦਾ ਰੱਖੋ ਕਿਸੇ ਦੇ ਘਰ ਦੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਟਵੀਟ ਕਰਕੇ ਉਹ ਫੋਟੋਆਂ ਪਾਣੀਆਂ ਇਹ ਪੰਜਾਬੀਅਤ ਨਹੀਂ ਲੀਡਰ ਬਾਅਦ ਦੇ ਵਿੱਚ ਬਣ ਲਿਓ ਐਮਐਲਏ ਜਿਹੜੇ ਲੋਕਾਂ ਨੇ ਬਣਾਏ ਉਹਨਾਂ ਦੇ ਐਮਐਲਏ ਬਾਅਦ ਚ ਬਣ ਲਿਓ ਘੱਟੋ ਘੱਟ ਪੰਜਾਬ ਦੇ ਵਸਿੰਦੇ ਹੋਣ ਦੇ ਨਾਤੇ ਆਪਣੇ ਅੰਦਰ ਦੀ ਪੰਜਾਬੀਅਤ ਜ਼ਿੰਦਾ ਰੱਖੋ ਇਹ ਪੰਜਾਬੀਅਤ ਜਦੋਂ ਤੁਸੀਂ ਮਾਰ ਦੋਗੇ ਫਿਰ ਮੈਨੂੰ ਲੱਗਦਾ ਪੰਜਾਬ ਨੇ ਅੱਜ ਤੱਕ ਉਹ ਕਿਸੇ ਵੀ ਲੀਡਰ ਨੂੰ ਮੂੰਹ ਨਹੀਂ ਲਾਇਆ ਜਿਹਨੇ ਪੰਜਾਬੀਅਤ ਨੂੰ ਆਪਣੇ ਅੰਦਰੋਂ ਖਤਮ ਕਰਤਾ।